ਪਹਿਲਾਂ ਦਲਾਂ ਮਿਲਦਿਆਂ ਭੇੜ ਪਿਆ ਨਿਹੰਗਾ, ਪਹਿਲਾਂ ਦਲਾਂ ਮਿਲਦਿਆਂ ਭੇੜ ਪਿਆ ਨਿਹੰਗਾ। ਜਦ ਦਲ ਪਹਿਲਾਂ ਮਿਲੇ ਕਾਰੀ ਆਦਮੀ ਸੀ ਜਿਹੜੇ, ਉਹ ਪਿੱਛੇ ਕਰਦੇ ਉਹਨੂੰ, ਤੁਸੀਂ ਨੀ ਗੱਲ ਕਰਨੀ, ਅੱਗੇ ਚਰਚਾ ਹੋ ਚੁੱਕੀ ਹੈ। ਹੋਮੇ ਵਾਲੇ ਆਦਮੀ ਮੂਰਖ ਹੁੰਦੇ ਨੇ, ਜਿਹੜੇ ਹੋਮੇ ਤੋਂ ਰਹਿਤ ਸੀ, ਗਿਆਨਦਾਰ ਆਦਮੀ ਸੀ, ਸਮਝਦਾਰ ਆਦਮੀ ਸੀ, ਭੇੜ ਪਿਆ ਨਿਹੰਗਾ, ਗਿਆਨ ਚਰਚਾ ਚ ਨਿਪੁੰਨ ਸੀ, ਉਹ ਬੰਦੇ ਮੂਹਰੇ ਕੀਤੇ ਵੀ ਤੁਸੀਂ ਭਾਈ ਗੱਲ ਕਰਿਓ। ਹੰਕਤਾ ਤੋਂ ਰਹਿ ਨਿਹੰਗ, ਨਿਹੰਗ ਲਫ਼ਜ਼ ਇੱਥੇ ਵਰਤਿਆ, ਜਿਹੜਾ ਹਿੰਦੂ ਤਾਂ ਵਰਤੇ ਨਹੀਂ ਸਕਦਾ ਨਿਹੰਗ ਲਫ਼ਜ਼, ਪੰਡਿਤ ਤਾਂ ਵਰਤੇ ਨਹੀਂ ਸਕਦਾ। ਇੱਥੋਂ ਹੀ ਪਤਾ ਲੱਗ ਜਾਣਾ ਚਾਹੀਦਾ ਸੀ ਵੀ ਇਹਦੇ ਦਸਮ ਪਾਤਸ਼ਾਹ ਦੀ ਲਿਖੀ ਹੋਈ ਹੈ। ਇੱਕ ਅੱਗੇ ਵਾਸਤੇ ਕਿਹਾ ਵੀ ਇਹ ਨਿਹੰਗ ਸਿੰਘ ਹੀ ਕਰਨਗੇ ਇਹ ਚਰਚਾ ਕੰਮ, ਗੱਲ ਤਾਂ ਇਹ ਹੈ ਉਹਨਾਂ ਦੇ ਹਿੱਸੇ ਚ ਹੈ ਕੰਮ, ਜਾਂ ਦਲ ਮਿਲਣਗੇ ਇਹੀ ਮੂਹਰੇ ਹੋਣਗੇ। ਭੇੜ ਪਿਆ ਨਿਹੰਗ, ਉਹਨਾਂ ਨੇ ਸਾਂਭਿਆ ਮੂਹਰੇ ਤੇ ਰਾਕਸ਼ਾਂ ਨੂੰ, ਕਿਹਨੇ ਸਾਂਭਿਆ ਰਾਕਸ਼ਾਂ ਨੂੰ ਔਰ ਦੇਵਤਿਆਂ ਨੂੰ ਨਿਹੰਗ ਨੇ ਲਿਖਿਆ ਪਿਆ। ਸ਼ਾਇਦ ਡਰਦੇ ਹੁਣ ਦੋਵੇਂ ਧਰਮ ਵੀ ਸਾਡੀ ਬਹੁਤ ਨਿਹੰਗਾਂ ਦੇ ਹੱਥੋਂ ਆ, ਵਿਦਵਾਨ ਵੀ ਡਰਦੇ ਹੁਣ, ਦੂਏ ਵੀ ਡਰਦੇ ਹੁਣ, ਤਾਂ ਕਹਿੰਦੇ ਨੇ ਵੀ ਇਹ ਚੰਡੀ ਦੀ ਵਾਰਤਾ ਜੀ ਦਸਮ ਪਾਤਸ਼ਾਹ ਦੀ ਬਾਣੀ ਹੋਣੀ, ਜੇ ਬਾਣੀ ਮੰਨ ਲਿਆ ਤਾਂ ਦੁਨੀਆਂ ਨੂੰ ਪਤਾ ਲੱਗ ਜੂ ਇਹ ਤਾਂ ਪਹਿਲਾਂ ਹੀ ਮੌਤ ਲਿਖੀ ਹੋਈ ਇਹਨਾਂ ਦੇ ਹੱਥੋਂ ਇਹਨਾਂ ਦੀ। ਹੁਣ ਮੰਨਣ ਕਿਵੇਂ, ਜੇ ਜਾਣਦੇ ਨੇ ਤਾਂ ਵੀ ਨਹੀਂ ਮੰਨਦੇ ਉਹ। ਹੁਣ ਨਿਹੰਗ ਲਫ਼ਜ਼ ਸਿੱਖ ਨਾਲ ਨਹੀਂ ਆਉਂਦਾ, ਨਿਹੰਗ ਲਫ਼ਜ਼ ਸੰਤ ਨਾਲ ਵੀ ਨਹੀਂ ਲੱਗਦਾ, ਨਿਹੰਗ ਲਫ਼ਜ਼ ਅਕਾਲੀ ਨਾਲ ਵੀ ਨਹੀਂ ਲੱਗਦਾ, ਕਿਸੇ ਨਾਲ ਨਹੀਂ ਲੱਗਦਾ। ਕੋਈ ਇੱਕ ਨਵਾਂ ਨਾਂ ਰੱਖਦਾ, ਨਵਾਂ ਨਹੀਂ ਹੈ ਜਿਹੜਾ ਉਹਨੇ ਬਣਾਇਆ ਸੀ ਖਾਲਸਾ, ਉਹਦਾ ਨਵਾਂ ਨਿਹੰਗ, ਨਿਹੰਗ ਦਾ ਮਤਲਬ ਹੰਗਤਾ ਤੋਂ ਰਹਿਤ, ਨਿਹੰਗ ਦੇ ਸੱਤ ਲਫ਼ ਅਰਥ ਲਿਖੇ ਨੇ, ਸੱਤ ਅਰਥ ਬੰਦੇ ਨੇ ਵੱਡੇ। ਨਿਹੰਗ ਦਾ ਅਰਥ ਹੈ ਸਭ ਤੋਂ ਪਹਿਲਾ ਅਰਥ ਹੈ ਤਲਵਾਰ, ਨਿਹੰਗ ਦਾ ਅਰਥ ਹੈ ਗਿਆਨ ਖੜਗ, ਜੇ ਅਹੰਕਾਰ ਨਹੀਂ ਹੁੰਦਾ ਫਿਰ ਨਾਮ ਹੁੰਦਾ, ਹੋਮੇ ਨਾਵੇ ਨਾਲ ਜਿੱਥੇ ਅਹੰਕਾਰ ਨਹੀਂ ਉੱਥੇ ਨਾਮ ਹੋਏਗਾ। ਅਹੰਕਾਰ ਨੂੰ ਮਾਰੂ ਕੌਣ, ਕੱਟੂ ਕੌਣ, ਕਾਹਦੇ ਨਾਲ ਕੱਟਿਆ, ਗਿਆਨ ਖੜਗ ਨਾਲ, ਗਿਆਨ ਖੜਗ ਉੱਥੇ ਹੈ ਜਿੱਥੇ ਅਹੰਕਾਰ ਨਹੀਂ ਹੈ। ਗਿਆਨ ਖੜਗ ਧਾਰੀ ਨੂੰ ਨਿਹੰਗ ਕਹਿੰਦੇ ਨੇ, ਹੋਰ ਨੀ ਕਿਸੇ ਨੂੰ ਕਹਿੰਦੇ ਨਿਹੰਗ, ਉਹ ਨਕਲੀ ਹੈ ਸਭ, ਫਿਰ ਬਾਕੀ ਬਾਕੀ ਸਭ ਨਕਲੀ ਨੇ। ਜਿਹੜਾ ਗਿਆਨ ਖੜਗ ਧਾਰੀ ਹੈ ਇਹ ਗੱਲ ਸਮਝਦਾ ਹੈ, ਆਹ ਗਿਆਨ ਲੈ ਰਿਹਾ, ਹੰਗਤਾ ਤੇ ਕਾਬੂ ਪਾ ਰਿਹਾ ਜਾਂ ਪਾ ਲਿਆ, ਉਹ ਨਿਹੰਗ ਹੋਰ ਕੋਈ ਨੀ। ਜੇ ਬਾਣਾ ਪਾ ਕੇ ਡਾਕੇ ਮਾਰਦਾ ਜਿਵੇਂ ਪੂਲਾ ਸੀ ਜਾਂ ਹੋਰ ਨੇ ਦੂਜੇ ਤੀਜੇ, ਉਹ ਨੀ ਹੁਣ, ਉਹ ਨੀ ਹੋ ਸਕਦਾ। ਘੁਸਬੈਠ ਵੀ ਹੋ ਸਕਦੀ ਹੈ, ਹਰੇਕ ਚੀਜ਼ ਚ ਘੁਸਬੈਠ ਹੋ ਜਾਂਦੀ ਹੈ, ਬਿਲਡਿੰਗ ਚ ਘੁਸਬੈਠੀਏ ਚਲੇ ਜਾਂਦੇ ਨੇ, ਪੁਲਿਸ ਚਲੇ ਜਾਂਦੇ ਨੇ, ਹਰ ਜਗ੍ਹਾ ਘੁਸਬੈਠ ਤਾਂ ਹੋ ਜਾਂਦੀ ਹੈ। ਘੁਸਬੈਠ ਕਿਉਂ ਹੁੰਦੀ ਹੈ, ਮਾਇਆ ਜਿੱਥੇ ਘੁਸਬੈਠ ਹੁੰਦੀ ਹੈ ਮਾਇਆ ਵਾਸਤੇ, ਜਿੱਥੇ ਖਾਣ ਨੂੰ ਹੋਵੇ ਉੱਥੇ ਆ ਜਾਂਦੇ ਹੁੰਦੇ ਨੇ, ਪੈਸੇ ਕਰਕੇ ਆ ਸਕਦੇ ਨੇ। ਦੂਜਾ ਅਰਥ ਹੈ ਕਲਮ, ਕਲਮ ਲਿਖਣੀ, ਕਲਮ ਨਾਲੇ ਦੱਸੂ ਲਿਖ ਕੇ, ਤਲਵਾਰ ਦਾ ਧਨੀ ਕਲਮ ਦਾ ਧਨੀ, ਤਲਵਾਰ ਹੈ ਗਿਆਨ ਚਰਚਾ, ਗਿਆਨ ਚਰਚਾ ਸਾਰਿਆਂ ਨੂੰ ਹਰਾਉਣ ਵਾਲਾ, ਔਰ ਲਿਖ ਕੇ ਸਾਰਿਆਂ ਦੇ ਉੱਤੇ ਦੀ ਮਾਰਨ ਵਾਲਾ, ਲਿਖ ਉਹ ਜੋ ਬੋਲਣਾ ਉਹੀ ਲਿਖਣਾ, ਇੱਕੋ ਹੀ ਗੱਲ ਹੈ, ਇੱਕੋ ਹੀ ਅਰਥ ਹੈ ਤਲਵਾਰ ਦਾ ਕਲਮ ਦਾ, ਤਲਵਾਰ ਔਰ ਕਲਮ ਦੇ ਅਰਥ ਇੱਕੋ ਹੀ ਹੈ, ਉਹ ਚੀਜ਼ ਬੋਲ ਕੇ ਕਹਿਣੀ ਹੈ ਉਹੀ ਤੁਸੀਂ ਲਿਖ ਦੇਣੀ ਹੈ, ਆਹ ਗੁਰਬਾਣੀ ਲਿਖੀ ਹੋਈ ਹੈ। ਜਦ ਭਗਤ ਆਪ ਜਿਉਂਦੇ ਸੀ ਉਹ ਤਲਵਾਰ ਸੀ, ਜਦ ਬੋਲ ਕੇ ਜਿਉਂਦੇ ਸੀ ਉਹ ਤਲਵਾਰ ਸੀ, ਆਹ ਕਲਮ ਹੈ ਹੁਣ ਉਹਨਾਂ ਦੀ। ਕਲਮ ਕੀ ਹੈ, ਕਲਮ ਵੀ ਕਾਲ ਹੈ, ਤਲਵਾਰ ਵੀ, ਤਲਵਾਰ ਵੀ ਕਾਲ ਹੈ, ਕਿਰਪਾਨ ਵੀ ਕਾਲੀ ਹੈ, ਕਿਰਪਾਨ ਦਾ ਨਾਂ ਵੀ ਕਾਲੀ ਹੈ, ਕਲਮ ਦਾ ਨਾਂ ਵੀ ਕਾਲੀ ਹੈ। ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ, ਕਾਲ ਹੀ ਕਲਮ ਹੈ,
ਹੁਕਮ ਹੀ ਉਹਦਾ ਹੱਥ ਹੈ, ਹੱਥ ਨਾਲੇ ਲਿਖ ਦਿੱਤਾ ਉਹਨੇ ਉਬਲੀ ਨੂੰ, ਉਬਲੀ ਉਬਲੀ ਨਹੀਂ ਲਿਖ ਸਕਦੇ। ਕਾਲ ਕਲਮ ਹੁਕਮ ਹੱਥ, ਕਹੋ ਕੌਣ ਬੇਟ ਸਕੇ, ਵਾਹਿਗੁਰੂ 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 ਵਾਹਿਜੀ। ਇਹ ਤਾਂ ਆ ਗਿਆ ਆਦਿ ਦੇ ਵਿੱਚ, ਕੁਛ ਵੀ ਆਦਿ ਦੇ ਖਿਲਾਫ਼ ਨਹੀਂ ਇੱਥੇ ਲਿਖਿਆ ਹੋਇਆ। ਜਿਹਨਾਂ ਨੂੰ ਆਦਿ ਦਾ ਗਿਆਨ ਨਹੀਂ ਉਹਨੂੰ ਇਹਦਾ ਕਿੱਥੋਂ ਹੋ ਜਾਇਆ? ਇਹਦਾ ਗਿਆਨ ਤਾਂ ਨਹੀਂ ਹੋਇਆ, ਆਦਿ ਦਾ ਗਿਆਨ ਨਹੀਂ ਹੈ। ਲਓ ਲੈਣਾ ਗਿਆਨ ਉੱਥੋਂ ਹੀ ਪੈਣਾ, ਇਹ ਤਾਂ ਸਮਝ ਆਉਣੀ ਹੈ, ਡਾਇਰੈਕਟ ਨਹੀਂ ਸਮਝ ਆਉਣੀ ਹੈ, ਬਿਲਕੁਲ ਵੀ ਨਹੀਂ ਆਉਣੀ। ਦੂਜਾ ਅਰਥ ਹੈ ਕਲਮ, ਤੀਜਾ ਅਰਥ ਹੈ ਸ਼ੇਰ, ਸਿੰਘ, ਨਿਹੰਗ ਸਿੰਘ ਨਾਲ ਸਿੰਘ ਨਹੀਂ ਹੈ, ਤੀਜਾ ਅਰਥ ਹੈ ਸ਼ੇਰ, ਸ਼ੇਰ ਦਾ ਨਿਰਭੈ। ਜੇ ਗਿਆਨ ਹੈ ਭੈ ਹੈ ਤਾਂ ਗਿਆਨ ਯਾਦ ਨਹੀਂ ਕਰਨਾ ਉਹਨੇ, ਜੇ ਗਿਆਨ ਹੈ ਭੈ ਹੈ ਤਾਂ ਲਿਖਣਾ ਨਹੀਂ ਉਹਨੇ, ਦੱਸਦੇ ਨੇ ਨਿਰਭੈ, ਨਿਰਭੈ ਸ਼ੇਰ, ਧਰਤੀ ਦੇ ਨਿਰਭੈ ਸ਼ੇਰ ਹੈ, ਪਾਣੀ ਦੇ ਵਿੱਚ ਨਿਰਭੈ ਸ਼ੇਰ ਨਹੀਂ ਹੈ, ਉੱਥੇ ਫਿਰ ਘੜਿਆਲ ਹੈ ਜਿਹਨੂੰ ਮਗਰਮੱਛ ਕਹਿੰਦੇ, ਉਹ ਹੈ ਸਾਰਿਆਂ ਨੂੰ ਨਿਰਭੈ, ਉਹ ਤਾਂ ਡਰਦੇ ਨੇ ਫਿਰ, ਉਹ ਜਾਨਵਰ ਸਭ ਤੋਂ ਨਿਰਭੈ ਹੈ। ਉਹ ਪਾਣੀ ਦੇ ਵਿੱਚ ਹੈ, ਸੰਸਾਰ ਕਹਿੰਦੇ ਨੇ ਉਹਨੂੰ, ਅਸਲ ਚ ਸੰਸਾਰ ਪਾਣੀ ਦਾ ਬਾਦਸ਼ਾਹ, ਖੁਸ਼ਕੀ ਦਾ ਬਾਦਸ਼ਾਹ, ਜੰਗਲ ਦਾ ਬਾਦਸ਼ਾਹ ਕੌਣ ਹੈ? ਸ਼ੇਰ। ਫਿਰ ਇਹ ਦੋ ਨੇ, ਤਲਵਾਰ ਕਲਮ ਸ਼ੇਰ, ਚਾਰ। ਫਿਰ ਕੋਈ ਬੰਦਾ ਉਹਦੇ ਨਿਹੰਗ ਸਿੰਘ ਜਿਵੇਂ ਸਾਜੇ ਹੋਏ ਨੇ, ਐਂ ਤੇ ਕੁੱਲ ਸੱਤ ਅਰਥ ਬਣਾਉਂਦੇ ਨੇ, ਚੱਲ ਦੂਜੇ ਅਰਥ ਤਾਂ ਬੇਕਾਰ ਨੇ, ਚਾਰੇ ਅਰਥਾਂ ਦਾ ਮਤਲਬ ਹੈ ਇੱਥੇ। ਜੀ ਜੇ ਗੁਣ ਹੈਗੇ ਨੇ, ਨਿਰਭੈਤਾ ਇੱਕ ਗੁਣ, ਬਸ ਇੱਕੋ ਬੋਲਣ ਦੀਆਂ ਲਿਖਣ, ਜੋ ਬੋਲਣਾ ਹੈ, ਜੈ ਬੋਲ ਤੈ ਅੱਛਰ ਆਵ, ਜਿੱਥੇ ਬੋਲ ਹੋਈ ਅੱਖਰ ਆ ਜਾਣਾ ਇੱਥੇ। ਕਬੀਰ ਕਹਿੰਦਾ ਜੈ ਬੋਲ ਤੈ ਅੱਛਰ ਆਵ, ਜੈ ਅਬੋਲ ਤੈ ਥਰਨਾ ਰਹਾਵ। ਜੇ ਗੱਲ ਅਸੀਂ ਦੱਸੇ ਨਹੀਂ ਸਕਦੀ, ਜਿਹੜੇ ਕਹਿੰਦੇ ਦੱਸੀ ਉਹ ਨਹੀਂ ਜਾ ਸਕਦੀ, ਉਹਨਾਂ ਦਾ ਮਨ ਫਿਰ ਨਹੀਂ ਹੈ। ਮਨ ਤੁਹਾਡਾ ਟਿਕਿਆ ਕਿ ਮੈਂ ਇਹ ਗੱਲ ਦੱਸ ਦੋ, ਗੱਲੇ ਦੱਸ ਦੋ ਬਸ, ਉਸੇ ਨੂੰ ਨਾਮ ਕਹਿੰਦੇ ਨੇ। ਜਿਹੜੀ ਗੱਲ ਨਾਲ ਮਨ ਟਿਕਿਆ, ਜਿਵੇਂ ਤੁਹਾਡਾ ਮਨ ਟਿਕਿਆ, ਜਿਹੜੇ ਪ੍ਰੋਸੀਜਰ ਨਾਲ ਮਨ ਟਿਕਿਆ, ਉਹ ਪ੍ਰੋਸੀਜਰ ਦੱਸਣਾ ਵੀ ਅਸੀਂ ਐਂ ਕੀਤਾ, ਆਹ ਕੁਛ ਕੀਤਾ, ਆਹ ਕੁਛ ਖਾਧਾ, ਆਹ ਕੁਛ ਪੀਤਾ, ਸਾਡਾ ਮਨ ਟਿਕ ਗਿਆ। ਦੂਆ ਟਿਕਾ ਲੂ ਕੋਈ? ਮਨ ਟਿਕਾਉਣ ਦੀ ਵਿਧੀ ਹੈ ਗੁਰਬਾਣੀ, ਹੋਰ ਕੁਛ ਨਹੀਂ ਹੈ। ਮਨ ਟਿਕਾਉਣ ਦੀ ਵਿਧੀ ਨਾ ਛੁੱਟਣ ਦੀ ਵਿਧੀ, ਪਹਿਲਾਂ ਗਲਾਂ ਮਿਲਦੇ ਆ ਭੇੜ ਪਿਆ ਨਿਹੰਗਾ, ਨਿਹੰਗਾ ਹਾਂਜੀ। ਫੌੜੀ ਓਲਡ ਫੌਜਾਂ ਆਈਆਂ ਵੀਰ ਚੜੇ ਕੰਧਾਰੀ, ਓਲਡ ਫੌਜਾਂ ਆਈਆਂ ਵੀਰ ਚੜੇ ਕੰਧਾਰੀ, ਕੰਧਾਰ ਦੇ ਵੀਰ ਚੜੇ, ਕਾਬਲ ਕੰਧਾਰ ਹੈ ਉਹ ਆਏ ਨੇ ਯਾਰ ਚਰਚਾ ਨੂੰ। ਕੌਣ ਗਏ? ਨਵੇਂ ਗੁਰੂ ਨਾਨਕ ਦੀ ਗੱਲ ਹੈ, ਵੀਰ ਚੜੇ ਕੰਧਾਰੀ, ਨਾਨਕ ਨਿਹੰਗ ਹੈ, ਉਹ ਜੇ ਸਾਰੀਆਂ ਖੂਬੀਆਂ ਨੇ, ਉੱਥੇ ਜਾ ਕੇ ਸਲਾਮ ਦੇ ਖਿਲਾਫ਼ ਗੱਲ ਕਰਨੀ ਮਜ਼ਾਕ ਨਹੀਂ ਹੈ। ਕੰਧਾਰ ਵਿੱਚ ਜਾ ਕੇ ਰਾਜ ਉਹਨਾਂ ਦਾ ਹੋਵੇ ਇੱਥੇ ਹਿੰਦੁਸਤਾਨ ਦੇ ਵਿੱਚ, ਇਹ ਕਹਿਣਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹ ਕਹਿਣਾ ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਵੇ, ਇਹ ਗੱਲਾਂ ਕਿਵੇਂ ਕਹਿਤੀ? ਡਰ ਹੈ ਨਹੀਂ, ਭੈ ਹੈ ਨਹੀਂ। ਸੱਚ ਬੋਲਣ ਵਾਸਤੇ ਬੜਾ ਜਿਗਰਾ ਚਾਹੀਦਾ, ਸੱਚ ਬੋਲਣ ਵਾਸਤੇ ਨਿਰਭੈ ਚਾਹੀਦਾ। ਹੁਣ ਸੱਚ ਨਹੀਂ ਬੋਲਿਆ ਜਾ ਸਕਦਾ, ਤੁਸੀਂ ਇਨਸਾਫ਼ ਨਹੀਂ ਕਰ ਸਕਦੇ। ਜੱਜ ਮੁਕੱਦਮਾ ਸੁਣਨ ਤੋਂ ਜਵਾਬ ਦੇ ਦਿੰਦੇ ਨੇ ਵੀ ਜੇ ਅਸੀਂ ਹੁਕਮ ਸੁਣਾਇਆ, ਸੱਚ ਕੀ ਇਨਸਾਫ਼ ਕੀਤਾ ਤਾਂ ਸਾਡੀ ਮੌਤ ਹੈ, ਅਸੀਂ ਕੇਸ ਨਹੀਂ ਭਾਈ ਸੁਣਦੇ। ਅਗਲੇ ਰਿਸ਼ਤੇਦਾਰਾਂ ਨੂੰ ਫੋਨ ਕਰ ਦਿੰਦੇ ਨੇ, ਜੱਜ ਜਵਾਬ ਦੇ ਦਿੰਦੇ ਨੇ ਸੁਣ ਤੇ, ਕਿਉਂ? ਰਿਸਕ ਹੈ, ਔਖਾ ਹੈ, ਇਨਸਾਫ਼ ਕਰਨਾ ਬੜਾ ਮੁਸ਼ਕਿਲ ਹੈ, ਸੱਚ ਬੋਲਣਾ ਬੜਾ ਮੁਸ਼ਕਿਲ ਹੈ,